ਦਫ਼ਤਰ ਨਹੀਂ ਕਰਿਆ, ਅੱਜ ਮਨਜੀਤ ਘਰਾਚੋ ਨੂੰ ਅਸੀਂ ਪੇਸ਼ ਕਰਨ ਵਾਸਤੇ ਆਏ ਆ, ਕਿਉਂਕਿ ਜਿਹੜਾ 6 ਜੂਨ ਦੀ ਘਟਨਾਕ੍ਰਮ ਸੀਗਾ ਉਹਦੇ ਸੰਬੰਧ ਦੇ ਵਿੱਚ ਤੇ ਅਸੀਂ ਪ੍ਰਸ਼ਾਸਨ ਨਾਲ ਪਹਿਲਾਂ ਗੱਲ ਕੀਤੀ ਹੈ। ਆਹ ਜਿਹੜੀਆਂ ਸੂਰਤ ਦੀਆਂ ਗੱਲਾਂ ਨੇ, ਜਿਹੜਾ ਤੁਸੀਂ ਜਗਤਾਰ ਨੱਡੀ ਨੂੰ ਝੂਠਾ ਦਿੱਤਾ ਤੇ ਐਸਸੀ ਐਕਟ ਲਾਇਆ ਦੇ ਤੇ ਜਿਹੜਾ ਅਖਬਾਰ ਦਾ ਪਰਚੇ ਦੇ ਵਿੱਚ ਪਾਇਆ, ਇਹ ਐਸਐਚਓ ਨੇ ਗਿੜ ਕੱਢੀ ਹੈ, ਕਿਉਂਕਿ ਐਸਐਚਓ ਤੋਂ ਪਹਿਲਾਂ ਰਿਸ਼ਵਤ ਮੜਾਈ ਹੈ, ਕਈ ਗੱਲਾਂ ਦੇ ਵਿੱਚ ਉਹ ਘੇਰਦੇ ਰਹੇ ਆ। ਇਸ ਕਰਕੇ ਜਥੇਬੰਦੀ ਦੇ ਆਗੂ ਨੂੰ ਰੜਕਦੇ ਸੀ, ਉਹਨੇ ਮੌਕਾ ਦਾੜ ਕੇ ਇਸ ਮਸਲੇ ਨੂੰ ਤੁਲ ਦੇ ਕੇ ਇਹ ਜਾਤ ਪਾਤ ਦਾ ਮਸਲਾ ਬਣਾਤਾ, ਦੋ ਜਥੇਬੰਦੀਆਂ ਦਾ ਮਸਲਾ ਬਣਾਇਆ, ਇਹਦੇ ਦੋਸ਼ੀ ਨੂੰ ਸਜ਼ਾ ਹੋਣੀ। ਦੂਜੇ ਵਿਰੋਧੀ ਧਿਰ ਦੀ ਗੱਲ ਕਰੀ ਜਾਵੇ ਤਾਂ ਉਹਨਾਂ ਦਾ ਆਖਣਾ ਕਿ ਅਸੀਂ ਛੋਟੀ ਜਾਤੀ ਤੋਂ ਬਿਲੋਂਗ ਕਰਦੇ ਤਾਂ ਕਰਕੇ ਸਾਡੇ ਦਿਲ ਤੇ ਚੱਲ ਰਿਹਾ। ਦੇਖੋ, ਛੋਟੀ ਜਾਤੀ ਤੇ ਬਿਲੋਂਗ ਕਰਨ ਦਾ ਇੱਥੇ ਜਾਤੀ ਪਾਤੀ ਵਾਲਾ ਸਵਾਲ ਨਹੀਂ ਬਣਦਾ। ਉਹਨਾਂ ਦੀ ਮਜ਼ਦੂਰਾਂ ਦੀ 43 ਕਮੇਟੀ ਦੀ 7 ਮੈਂਬਰੀ ਦੀ ਰਿਪੋਰਟ ਪੜ੍ਹੋ ਤੁਸੀਂ, ਉਹਨਾਂ ਨੇ ਕਿਹਾ ਵੀ ਜਾਤੀ ਪਾਤੀ ਵਾਲਾ ਮਸਲਾ ਨਹੀਂ। ਤੁਸੀਂ ਮੈਨੂੰ ਇਹ ਦੱਸੋ ਵੀ ਜੇ ਕਿਸੇ ਘਰੇ ਚੋਰ ਵੜ ਜੇ, ਜਦੋਂ ਚੋਰ ਨੂੰ ਫੜਦੇ ਆ ਲੋਕ ਇਕੱਠ, ਉਹਨੂੰ ਆਇਆ ਪੁੱਛਦਾ ਵੀ ਤੇਰੀ ਜਾਤੀ ਕਿਹੜੀ, ਉਹਨੂੰ ਨਹੀਂ ਚੋਰ ਸਮਝ ਕੇ ਕੁੱਟਦੇ ਆ, ਉਹ ਮਾਰ ਕੁੱਟ ਮਾਰ ਕੇ ਕਰ ਦਿੰਦੇ ਆ। ਜਾਤ ਦਾ ਸਵਾਲ ਕੀ ਹੈ, ਇਹ ਤਾਂ ਇੰਸੀਡੈਂਟ ਹੈ। ਇੰਸੀਡੈਂਟ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਇਹ ਜਾਤ ਪਾਤ ਦਾ ਸਵਾਲ ਨਹੀਂ ਹੈ, ਇਹ ਅਚਾਨਕ ਵਾਪਰੀ ਘਟਨਾ ਹੈ। ਇਹ ਕੋਈ ਲੁੱਟ ਖੋਹ ਵਾਸਤੇ ਨਹੀਂ ਸੀ ਬੈਠੇ, ਨਾ ਹੀ ਕੋਈ ਮੱਤ ਕੇ ਲੜਾਈ ਹੋਈ ਹੈ, ਇਹ ਅਚਾਨਕ ਵਾਪਰੀ ਹੋਈ ਘਟਨਾ ਹੈ। ਉਹਦੇ 'ਚ ਕੁੱਟਮਾਰ ਹੋਈ ਹੈ, ਮਨਜੀਤ ਦੇ ਮੁੰਡੇ 'ਤੇ ਪਹਿਲਾਂ ਅਟੈਕ ਹੋਇਆ, ਮਨਜੀਤ ਨੇ ਉਹਨੂੰ ਬਾਅਦ 'ਚ ਕਰਤਾ, ਇਸ ਕਰਕੇ ਅਸੀਂ ਇਹਨੂੰ ਸਮਝਿਆ ਵੀ ਇਹ ਮਤੀ ਹੋਈ ਨਹੀਂ। ਜੇ ਗੱਲ ਕਰੀ ਜਾਵੇ ਕਿ ਉਹ ਕਹਿੰਦੇ ਕਿ ਜੇ ਸਾਡੇ ਜਵਾਕਾਂ 'ਚ ਕੋਈ ਦੋਸ਼ ਸੀਗਾ ਤਾਂ ਸਾਨੂੰ ਥਾਣੇ ਫੜਾ ਦਿੰਦੇ, ਥਾਣੇ ਕਚਹਿਰੀ ਇਸੇ ਕਰਕੇ ਬਣੇ ਨੇ। ਜਿਹੜੇ ਦੇਖੋ ਮੈਨੂੰ ਹੈ ਵੀ ਇੱਕ ਇੱਧਰ ਨਾਭੇ 'ਚ ਘਟਨਾ ਵਾਪਰੀ ਹੈ, ਉਹਦੇ ਆ ਪਿਛਲੇ ਪਾਸੇ ਇੱਥੇ ਸੂਆ ਮਾਰਿਆ, ਇੱਥੇ ਸੂਆ ਸਧਾਰਨ ਬੰਦਾ ਨਹੀਂ ਮਾਰਦਾ, ਇੱਥੇ ਮਾਰੂ ਇੱਥੇ ਮਾਰੂ, ਜਦੋਂ ਮੈਂ ਤੁਹਾਡੇ ਸਾਹਮਣੇ ਖੜਾ ਜੇ ਇੱਥੇ ਸੂਆ ਮਾਰਨਾ ਤੁਹਾਨੂੰ ਪਤਾ ਵੀ ਇੱਥੇ ਰੀੜ ਦੀ ਹੱਡੀ ਹੈ, ਇੱਥੇ ਫੇਫੜੇ ਨੇ, ਇੱਥੇ ਦਿਲ ਹੈ, ਰੀੜ ਦੀ ਹੱਡੀ ਦੇ ਕੋਲ ਦੀ ਤੇ ਫੇਫੜਿਆਂ ਦੇ ਵਿਚਾਲ ਦੀ ਦਿਲ ਦੇ ਤੋਂ ਸਿਰਫ ਥੋੜਾ ਜਿਹਾ ਐਮਐਮ ਦੀ ਦੂਰੀ ਨਾਲ ਉਹ ਸੂਆ ਰਹਿ ਗਿਆ। ਜੇ ਦਿਲ 'ਚ ਵੱਜਦਾ ਅਚਾਨਕ ਮੌਤ ਹੁੰਦੀ। ਇਹ ਘਟਨਾ ਪਿਛਲੇ ਆਪਣੇ ਸ਼ੀਟਾਂ ਠਾਣੇ 'ਚ ਮਜ਼ਦੂਰ ਦਾ ਮੁੰਡਾ ਮਾਰਿਆ, ਆਹ ਸੂਆ ਮਾਰਨ ਉਹ ਪਰਫੈਕਟ ਬੰਦੇ ਦਾ ਕੰਮ ਹੈ, ਅਚਾਨਕ ਬੰਦਾ ਜਿਹਦੇ ਕੋਲ ਮੇਰੇ ਕੋਲ ਮੈਨੂੰ ਸੂਆ ਫੜਾ ਦਿਓ, ਮੈਂ ਤੁਹਾਡੇ ਜਾਂ ਇੱਥੇ ਮਾਰੂ ਜਾਂ ਇੱਥੇ ਮਾਰੂ ਜਾਂ ਇੱਥੇ ਮਾਰੂ, ਪਿੱਛੇ ਨਹੀਂ ਮਾਰਦਾ। ਇੱਧਰ ਦੀ ਸੂਆ ਦਿਲ 'ਚ ਨਹੀਂ ਜਾਂਦਾ, ਇੱਧਰ ਦੀ ਸੂਏ ਨੂੰ ਦਿਲ ਨੇੜੇ ਹੈ। ਉਹ ਪੁਲਿਸ ਵੀ ਮੰਨਦੀ ਹੈ ਤਾਂ ਵੀ ਹਾਂ ਇਹ ਕ੍ਰਿਮੀਨਲ ਬੰਦੇ ਇਹ ਗੈਂਗ ਹੈ। ਕੱਲ ਦਾ ਕੀ ਪ੍ਰੋਗਰਾਮ, ਅਗਲਾ ਪ੍ਰੋਗਰਾਮ ਅਸੀਂ ਪੇਸ਼ ਕਰਤਾ, ਅੱਗੇ ਦੇਖਾਂਗੇ ਅਗਲੇ ਪ੍ਰੋਗਰਾਮ ਅਸੀਂ। ਹਾਂ ਇਹ ਡਿਮਾਂਡ ਉਹਨੇ ਕਿਟਨੈਪ ਦਾ ਪਾਇਆ ਜੀ, ਵੀ ਪਹਿਲਾਂ ਇਹਨਾਂ ਨੂੰ ਕਿਟ ਕੀਤਾ, ਪਹਿਲਾਂ ਦੱਸੋ ਵੀ ਸਾਰੇ ਲੋਕਾਂ ਦੇ ਸਾਹਮਣੇ ਜਦੋਂ ਕੁੱਟਮਾਰ ਹੋਊਗਾ ਉਹ ਪੁਲਿਸ ਦੇ ਹਵਾਲੇ ਕਰ। ਉਹਨੇ ਉਹ ਹੀ ਕਿਉਂ ਪਾਇਆ, ਪਹਿਲਾਂ ਇਹ ਕੁੱਟੇ ਫਿਰ ਪਿੰਡਾਂ 'ਚ ਘੁਮਾਏ ਤੇ ਘੁਮਾ ਕੇ ਫਿਰ ਪੇਸ਼ ਕੀਤੇ ਨੇ, 2 ਘੰਟੇ ਬਾਅਦ ਪੇਸ਼ ਕੀਤੇ ਨੇ। ਇਹ ਜਾਨੀ ਉਹਦੀ ਬਣਾਈ ਹੋਈ ਸਟੋਰੀ ਹੈ, ਅਖਬਾਰ ਦੀ ਸਟੋਰੀ, ਕਿਉਂ ਇਸ ਨੂੰ ਮਜ਼ਬੂਤ ਕਰ ਐਸੀ ਐਕਟ ਵੀ ਉਹਨੇ ਤਾਂ ਹੀ ਲਾਇਆ। ਜਿਹੜੀ ਵੀਡੀਓ ਵਾਇਰਲ ਹੋ ਰਹੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਕਿਹੜੀ ਵੀਡੀਓ ਜੋ ਵੀਡੀਓ ਵਾਇਰਲ ਹੋ ਰਹੀ ਹੈ ਜੀ, ਜੋ ਦੋ ਨੌਜਵਾਨ ਨੂੰ ਫੜਿਆ ਜਾ ਰਿਹਾ ਜੀ, ਅਸੀਂ ਤਾਂ ਉਹਦੀ ਗਲਤੀ ਮੰਨ ਕੇ ਮਨਜੀਤ ਪੇਸ਼ ਕੀਤਾ ਵੀ ਆਹ ਗਲਤ ਹੋਇਆ। ਮਨਜੀਤ ਸਧਾਰਨ ਬੰਦਾ ਨਹੀਂ, ਮਨਜੀਤ ਜਥੇਬੰਦੀ ਦਾ ਆਗੂ ਹੈ। ਅਸੀਂ ਤਾਂ ਇਹ ਕਿਹਾ ਵੀ ਇਹ ਨਹੀਂ ਸੀ ਕਰਨਾ ਕਿਸੇ ਨੇ ਸੰਭਲਣਾ, ਪਰ ਉਹ ਪਿਓ ਸੀਗਾ ਇਸ ਕਰਕੇ ਉਹ ਤੋਂ ਨਹੀਂ ਸੰਭਲਿਆ ਗਿਆ। ਇਸ ਗਲਤੀ ਦੀ ਸਜ਼ਾ ਭੁਗਤ ਰਹੇ ਨੇ, ਸਾਡੀ ਕਦੀ ਸਜ਼ਾ ਸੀ? ਅਸੀਂ ਤਾਂ ਉਹ ਐ ਸਮਝ ਕੇ ਵੀ ਉਹ ਮਜ਼ਦੂਰਾਂ ਦਾ ਬੱਚਾ ਹੈ, ਸੰਭਲ ਜੇ। ਜਥੇਬੰਦੀਆਂ 'ਚ ਆਪਸੀ ਕੋਈ ਰਾਜੀਨਾਮੇ ਦੀ ਗੱਲ ਵੀ ਤੁਰੀ ਹੈ ਜਾਂ? ਦੇਖੋ ਜੀ, ਜਥੇਬੰਦੀਆਂ ਦੇ ਰਾਜੀਨਾਮੇ ਨਾਲੋਂ ਜ਼ਰੂਰੀ ਹੈ, ਰਾਜੀਨਾਮਾ ਤਾਂ ਸਾਡਾ ਕਹਿੰਦਾ ਰਾਜੀਨਾਮਾ, ਰਾਜੀਨਾਮਾ ਤਾਂ ਅਸੀਂ ਤਾਂ ਤੁਹਾਨੂੰ ਕਹਿੰਦੇ ਵੀ ਅਸੀਂ ਤਾਂ ਮਜ਼ਦੂਰਾਂ ਦੇ ਨਾਲ ਲੜਨਾ ਚਾਹੁੰਦੀ ਜੀ, ਸਾਡਾ ਤਾਂ ਮਜ਼ਦੂਰੀਆਂ ਦੇ ਰਹਿੰਦੇ ਕੋਈ ਰੌਲਾ ਨਹੀਂ। ਇਹ ਜਾਣ ਕੇ ਇੱਕ ਵਾਪਰੀ ਹੋਈ ਘਟਨਾ ਜੇ ਪਰਿਵਾਰ ਰਾਜੀਨਾਮਾ ਕਰਨਗੇ ਅਸੀਂ ਤਾਂ ਤਿਆਰ ਹਾਂ, ਸਾਡੀ ਕੋਈ ਗੱਲ।